ਹਾਂਜੀ ਸਟੂਡੈਂਟਸ, ਗੁੱਡ ਈਵਨਿੰਗ ਟੂ ਆਲ। ਵੀ ਆਰ ਲਾਈਵ ਨਾਊ ਗਿਲਡ ਮੈਂਟਰ ਈ ਲਰਨਿੰਗ ਪਲੈਟਫਾਰਮ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਣੀ ਸਾਈਕੋਲੋਜੀ ਦੀ ਐਮ ਸੀ ਕਿਊ ਸੀਰੀਜ਼ ਦੀ ਕਲਾਸ ਨੰਬਰ ਹੈਗੀ ਆ 3। ਠੀਕ ਹੈ, ਡੇ ਆਪਣਾ ਅੱਜ 3 ਹੈ। ਆਪਾਂ ਐਮ ਸੀ ਕਿਊ ਸੀਰੀਜ਼ ਸਟਾਰਟ ਕਰ ਰਹੇ ਹਾਂ। ਮੈਂ 1 ਮਿੰਟ ਵੇਟ ਕਰੂੰਗੀ, ਸਾਰੇ ਸਟੂਡੈਂਟਸ ਫਟਾਫਟ ਜੁਆਇਨ ਕਰ ਜਾਓ। ਨੈਟਵਰਕ ਦੀ ਥੋੜ੍ਹੀ ਜਿਹੀ ਪ੍ਰੋਬਲਮ ਹੋਣ ਕਰਕੇ ਅੱਜ ਕਲਾਸ ਆਪਣੀ ਲੇਟ ਹੋ ਗਈ ਥੋੜ੍ਹੀ ਜਿਹੀ। ਫਟਾਫਟ ਸਟੂਡੈਂਟ ਸੈਸ਼ਨ ਨੂੰ ਜੁਆਇਨ ਕਰੋ। ਗੁੱਡ ਈਵਨਿੰਗ ਐਵਰੀਵਨ, ਗੁੱਡ ਈਵਨਿੰਗ, ਗੁੱਡ ਈਵਨਿੰਗ। ਆਪਣੇ ਫਰੈਂਡਸ ਦੇ ਨਾਲ ਫਟਾਫਟ ਸੈਸ਼ਨ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਸਾਰੇ ਸਟੂਡੈਂਟ ਜਲਦੀ ਜਲਦੀ ਕਲਾਸ ਜੁਆਇਨ ਕਰ ਲਓ, ਸੋ ਦੈਟ ਆਪਾਂ ਕੁਸ਼ਚਨ ਕਰਨੇ ਸਟਾਰਟ ਕਰੀਏ। ਗੁੱਡ ਈਵਨਿੰਗ, ਗੁੱਡ ਈਵਨਿੰਗ ਐਵਰੀਵਨ। ਫਟਾਫਟ ਸਾਰੇ ਜਣੇ ਸੈਸ਼ਨ ਨੂੰ ਆਪਣੇ ਆਪਣੇ ਫਰੈਂਡਸ ਦੇ ਨਾਲ ਆਪਣੇ ਗਰੁੱਪਸ ਦੇ ਵਿੱਚ ਸ਼ੇਅਰ ਕਰ ਦਿਓ। ਚਲੋ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ, ਸਮਾਂ ਵੇਸਟ ਨਾ ਕਰਦੇ ਹੋਏ। ਹਾਂਜੀ, ਫਸਟ ਕੁਸ਼ਚਨ ਹੈ, ਆਂਸਰ ਦਿਓ। ਹਾਂਜੀ, ਫਸਟ ਕੁਸ਼ਚਨ ਹੈ, ਆਊਟ ਆਫ ਦ ਫੋਲੋਇੰਗ ਸਟੇਜਿਸ ਵੈਨ ਡਜ਼ ਦ ਮੋਸਟ ਕਰੂਸ਼ਲ ਸੋਸ਼ਲਾਈਜੇਸ਼ਨ ਇਨ ਅ ਪਰਸਨ ਟੇਕ ਪਲੇਸ। ਜਦੋਂ ਇੱਕ ਬੱਚਾ ਜੀਵਨ ਦੇ ਕਿਹੜੇ ਪੜਾਅ ਦੇ ਵਿੱਚੋਂ ਲੰਘਦਾ, ਜਦੋਂ ਉਹਦਾ ਸਭ ਤੋਂ ਮਹੱਤਵ ਸਮਾਜੀਕਰਨ ਹੁੰਦਾ ਹੈ। ਸਮਾਜੀਕਰਨ ਦਾ ਕੀ ਮਤਲਬ ਹੁੰਦਾ? ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਨਾ ਸਿੱਖਦੇ ਹਾਂ, ਜਦੋਂ ਆਪਣੀ ਸੋਸ਼ਲਾਈਜੇਸ਼ਨ ਹੁੰਦੀ ਆ, ਆਪਾਂ ਚੀਜ਼ਾਂ ਨੂੰ ਸਿੱਖਦੇ ਹਾਂ ਵੀ ਕਿਹੜੀ ਚੀਜ਼ ਕਿਵੇਂ ਕਰਨੀ ਆ। ਆਪਣਾ ਜਿਹੜਾ ਸਮਾਜੀਕਰਨ ਹੈ, ਆਪਣਾ ਸਮਾਜੀਕਰਨ ਆਪਣੀ ਫੈਮਿਲੀ ਤੋਂ ਜਿਹੜਾ ਹੈਗਾ ਵਾ, ਆਪਾਂ ਪੜ੍ਹਿਆ ਹੈਗਾ ਕਿ ਆਪਾਂ ਸਭ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਸਿੱਖਦੇ ਹਾਂ ਆਪਾਂ ਆਪਣੀ ਫੈਮਿਲੀ ਤੋਂ ਸਿੱਖਦੇ ਹਾਂ। ਜਿਹੜੀ ਆਪਣੀ ਫੈਮਿਲੀ ਹੁੰਦੀ ਆ ਉਹ ਆਪਣਾ ਕੀ ਹੈ, ਫਸਟ ਕੀ ਹੁੰਦੀ ਹੈ, ਸਕੂਲ ਹੁੰਦੀ ਹੈ। ਠੀਕ ਹੈ, ਆਪਣਾ ਫਸਟ ਸਕੂਲ ਹੁੰਦੀ ਹੈ, ਬਿਲਕੁਲ ਸਹੀ ਜੀ, ਸਹੀ ਆਨਸਰ ਦਿੱਤਾ ਹੈ ਬੀ ਆਪਸ਼ਨ। ਠੀਕ ਹੈ, ਅੱਗੇ ਚੱਲੀਏ ਨੈਕਸਟ ਕੁਸ਼ਚਨ ਦੇ। ਸਾਰੇ ਬੱਚੇ ਰਿਪਲਾਈ ਕਰੋ ਜੋ ਜੋ ਬੱਚੇ ਕਲਾਸ 'ਚ ਬੈਠੇ ਆ। ਡਿਵੈਲਪਮੈਂਟ ਆਫ ਲੈਂਗੁਏਜ ਸਟਾਰਟ ਇਨ ਵਿਚ ਸਟੇਟ ਆਫ ਐਰਿਕ ਐਰਿਕਸਨਸ ਥਿਊਰੀ ਆਫ ਡਿਵੈਲਪਮੈਂਟ। ਲੈਂਗੁਏਜ ਹੈ ਜਿਹੜੀ, ਉਹ ਕਹਿ ਰਹੇ ਆ ਕਿ ਭਾਸ਼ਾ ਦਾ ਵਿਕਾਸ ਹੈ, ਐਰਿਕ ਐਰਿਕਸਨ ਦੀ ਥਿਊਰੀ ਦੇ ਅਨੁਸਾਰ ਭਾਸ਼ਾ ਦਾ ਵਿਕਾਸ ਹੈ ਜਿਹੜਾ, ਉਹ ਕਿਹੜੇ ਸਟੇਜ ਦੇ ਵਿੱਚ ਹੁੰਦਾ? ਪਹਿਲੇ ਦੇ ਵਿੱਚ, ਦੂਸਰੇ ਦੇ ਵਿੱਚ,
ਤੀਸਰੇ ਦੇ ਵਿੱਚ ਜਾਂ ਫਿਰ ਚੌਥੇ ਦੇ ਵਿੱਚ? ਕਿਹੜੇ ਸਟੇਜ ਦੇ ਵਿੱਚ ਸਭ ਤੋਂ ਵੱਧ ਜਿਹੜਾ ਭਾਸ਼ਾ ਦਾ ਵਿਕਾਸ ਹੈ ਐਰਿਕ ਐਰਿਕਸਨ ਦੀ ਥਿਊਰੀ ਦੇ ਅਕੋਰਡਿੰਗ? ਨਹੀਂ, ਸਟੇਜ ਟੂ ਗਲਤ ਹੈ, ਜਿਹਨੇ ਵੀ ਸਟੇਜ ਟੂ ਆਂਸਰ ਦਿੱਤਾ ਗਲਤ ਹੈ। ਕਿੰਨੀਆਂ ਸਟੇਜੇ ਸੀਗੀਆਂ? ਬਿਲਕੁਲ ਜੀ, ਮੈਂ ਤੁਹਾਨੂੰ ਕਨਫਿਊਜ਼ ਕਰਨ ਲਈ ਕਹਿ ਰਹੀ ਸੀ, ਸਟੇਜ ਟੂ ਗਲਤ ਹੈ। ਕੌਨਫੀਡੈਂਸ ਰੱਖਣਾ ਬਸ, ਤੁਸੀਂ ਇੱਦਾਂ ਹੀ ਆਪਣੇ ਆਪ 'ਤੇ, ਸਟੇਜ ਟੂ ਹੀ ਇਹਦਾ ਸਹੀ ਆਂਸਰ ਹੈ। ਬਸ ਤੁਸੀਂ ਕੌਨਫੀਡੈਂਸ ਰੱਖਣਾ, ਤੁਹਾਡੇ ਦਿਮਾਗ ਦੇ ਵਿੱਚ ਭਾਵੇਂ ਕਿੰਨੀਆਂ ਮਰਜ਼ੀ ਚੀਜ਼ਾਂ ਆਈ ਜਾਣ, ਤੁਹਾਨੂੰ ਕੋਈ ਕੁਛ ਮਰਜ਼ੀ ਕਹੀ ਜਾਵੇ, ਜਿਹੜੀ ਚੀਜ਼ ਤੁਸੀਂ ਕਲਾਸ 'ਚ ਪੜ੍ਹੀ ਹੈ ਤੁਸੀਂ ਬਸ ਉਹਦੇ 'ਤੇ ਫੋਕਸ ਰਹਿਣਾ, ਠੀਕ ਹੈ। ਨੈਕਸਟ ਕੁਸ਼ਚਨ ਹੈ, ਅ 13-year-old ਬੋਏ ਕੁਇਰਲ ਵਿਦ ਹਿਸ ਐਲਡਰ ਸਿਸਟਰ ਇਨ ਮੋਸਟ ਮੈਟਰ ਐਂਡ ਆਲਵੇਜ਼ ਟਰਾਈ ਟੂ ਪ੍ਰੂਵ ਹਿਮਸੈਲਫ ਰਾਈਟ। ਇੱਕ 13 ਸਾਲ ਦਾ ਬੱਚਾ ਜਿਹੜਾ ਜ਼ਿਆਦਾਤਰ ਮਾਮਲਿਆਂ ਦੇ ਨਾਲ ਆਪਣੇ ਵੱਡਿਆਂ ਦੇ ਨਾਲ ਜਿਹੜੇ ਹੈਗੇ ਗੇ ਝਗੜੇ ਕਰਦਾ ਹੈ ਅਤੇ ਹਮੇਸ਼ਾ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ, ਉਹ ਵਿਕਾਸ ਦੇ ਕਿਹੜੇ ਪੜਾਅ ਵਿੱਚ ਹੈ? ਜਦੋਂ ਮੈਂ ਕਲਾਸ ਦੇ ਵਿੱਚ ਤੁਹਾਨੂੰ ਇਹ ਟੌਪਿਕ ਕਰਵਾਇਆ ਸੀ ਤਾਂ ਮੈਂ ਤੁਹਾਨੂੰ ਸਮਝਾਇਆ ਸੀ ਕਿ ਆਪਣੇ ਸਾਰਿਆਂ ਦੇ ਇੱਕ ਸਟੇਜ ਇਦਾਂ ਦੀ ਆਉਂਦੀ ਹੈ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਆਪਣੀ ਫੈਮਿਲੀ ਮੈਂਬਰ ਦਾ ਜਿਹੜੇ ਉਹ ਸਾਰੇ ਗਲਤ ਆ, ਆਪਾਂ ਆਪਣੇ ਫਰੈਂਡ ਤੇ ਫੈਮਿਲੀ ਦੇ ਵਿੱਚੋਂ ਫਰੈਂਡਸ ਨੂੰ ਚੂਜ਼ ਕਰਦੇ ਹਾਂ, ਆਪਾਂ ਫੈਮਿਲੀ ਨੂੰ ਨਿਗਲੈਕਟ ਕਰ ਦਿੰਦੇ ਹਾਂ। ਆਪਣੇ ਸਾਰਿਆਂ ਦੇ ਹੀ ਲਾਈਫ ਦੇ ਵਿੱਚ ਇੱਕ ਇਦਾਂ ਦੀ ਸਟੇਜ ਆਉਂਦੀ ਹੈ ਜਦੋਂ ਨੂੰ ਆਪਾਂ ਨੂੰ ਲੱਗਦਾ ਹੈ ਕਿ ਸਾਡੇ ਮਾਪਿਓ ਗਲਤ ਹੈ, ਇਹ ਸਾਨੂੰ ਗਲਤ ਕਹਿੰਦੇ ਆ, ਸਾਨੂੰ ਸਾਡੇ ਫਰੈਂਡਸ ਤੋਂ ਤੋੜਦੇ ਆ, ਤੇ ਜਦੋਂ ਆਪਾਂ ਮਤਲਬ ਫਰੈਂਡਸ ਦੇ ਨਾਲ ਰਹਿਣਾ, ਫਰੈਂਡਸ ਨਾਲ ਟਾਈਮ ਸਪੈਂਡ ਕਰਨਾ ਜਿਹੜਾ ਹੈਗਾ ਵਾ ਜ਼ਿਆਦਾ ਪਸੰਦ ਕਰਦੇ ਹਾਂ। ਬਿਲਕੁਲ ਸਹੀ ਜੀ, ਅਡੋਲਸੈਂਸ, ਜਦੋਂ ਆਪਾਂ ਆਪਣੀ ਅੱਲੜ ਜਿਹੀ ਉਮਰ ਦੇ ਵਿੱਚ ਹੁੰਦੇ ਹਾਂ, ਜਦੋਂ ਜਿਹਨੂੰ ਆਪਾਂ ਮੈਂ ਕਲਾਸ ਵਾਈਜ਼ ਕਵਾਂ ਤਾਂ ਜਦੋਂ ਆਪਾਂ +1 +2 10th ਕਲਾਸ ਦੇ ਵਿੱਚ ਹੁੰਦੇ ਹਾਂ, ਜਾਂ ਆਪਣੀ ਕਾਲਜ ਲਾਈਫ ਤੋਂ, ਕਾਲਜ ਲਾਈਫ 'ਚ ਆਪਾਂ ਸਿਆਣੇ ਹੋ ਜਾਂਦੇ ਹਾਂ ਥੋੜ੍ਹੇ ਜਿਹੇ, ਆ ਜਦੋਂ ਆਪਾਂ 9th ਤੋਂ ਲੈ ਕੇ +2 ਤੱਕ ਦੀਆਂ ਕਲਾਸਾਂ ਵਿੱਚ ਹੁੰਦੇ ਹਾਂ, ਉਦੋਂ ਆਪਣੇ ਲਈ ਫਰੈਂਡਸ ਹੀ ਸਾਰਾ ਕੁਛ ਹੁੰਦੇ ਆ, ਠੀਕ ਹੈ। ਕਲੀਅਰ? ਹਾਂਜੀ, ਕਲੀਅਰ ਹੋਇਆ ਕੁਸ਼ਚਨ, ਅੱਗੇ ਚੱਲੀਏ। ਪਹਿਲੇ 3 ਕੁਸ਼ਚਨ ਦੇ ਵਿੱਚ ਕੋਈ ਡਾਊਟ ਹੈ? ਇਹ ਟੌਪਿਕ ਬੜਾ ਇੰਪੋਰਟੈਂਟ ਹੈ, ਸੋਸ਼ਲਾਈਜੇਸ਼ਨ, ਇਹਦੇ ਵਿੱਚ ਤੁਹਾਨੂੰ ਕੁਸ਼ਚਨ ਪੱਕਾ ਪੇਪਰ ਦੇ ਵਿੱਚ ਆਊਗਾ ਹੀ ਆਊਗਾ। ਇਹਦੇ 'ਤੇ ਕੁਸ਼ਚਨ ਵੀ ਬੜੇ ਥੋੜ੍ਹੇ ਜਿਹੇ ਬਣਦੇ ਆ, ਪੈਟ ਜੇ ਕੁਸ਼ਚਨ ਹੈ ਬਸ, ਜਿੰਨੇ ਕੁ ਬਣਦੇ ਆ ਉਹਨਾਂ ਨੂੰ ਹੀ ਘੁਮਾ ਫਿਰਾ ਕੇ ਹਰ ਵਾਰੀ ਜਿਹੜਾ ਕੁਸ਼ਚਨ ਹੈ ਉਹ ਪੁੱਛਿਆ ਜਾਂਦਾ ਹੈ। ਕੁਸ਼ਚਨ ਇਸ ਟੌਪਿਕ ਦੇ ਵਿੱਚੋਂ ਤੁਹਾਨੂੰ 100% ਸ਼ਿਓਰ ਹੈ ਵੀ ਆਏਗਾ ਹੀ ਆਏਗਾ, ਭਾਵੇਂ ਉਹ ਕੋਈ ਵੀ ਟੀਚਿੰਗ ਇਗਜ਼ਾਮ ਹੈ, ਸੀ ਟੈਟ ਦਾ ਪੇਪਰ ਹੈ, PS ਟੈਟ ਦਾ ਪੇਪਰ ਹੈ, ਸੁਪਰ ਟੈਟ ਹੈ, ਰਾਜਸਥਾਨ ਟੈਟ ਹੈ, ਕੋਈ ਵੀ ਟੈਟ ਹੈ, ਟੀਚਿੰਗ ਦਾ ਪੇਪਰ ਹੈ, ਕੋਈ ਵੀ ਟੀਚਿੰਗ ਦੇ ਨਾਲ ਰਿਲੇਟਡ, ਜਿਵੇਂ ਹੁਣ KVS ਦੀ ਵੈਕੈਂਸੀ ਨਿਕਲੀ ਹੈ ਉਹਦੇ ਵਿੱਚ ਵੀ ਆਪਣਾ ਥੋੜ੍ਹਾ ਜਿਹਾ CTP ਦਾ ਪਾਰਟ ਹੈਗਾ, ਠੀਕ ਹੈ। ਚਾਈਲਡ ਡਿਵੈਲਪਮੈਂਟ ਦੀ ਆਪਾਂ ਜਿਹੜੀ ਪੈਡਾਗੋਜੀ ਉਹਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, 100% ਪੇਪਰ ਆਊਗਾ। ਕੁਸ਼ਚਨ ਇਸ ਟੌਪਿਕ ਦੇ ਮੈਂ ਬਹੁਤ ਸਟੱਡੀ ਕੀਤੇ, ਸਾਰੇ ਨਾਲ ਨਾਲ ਦੇ ਆ, ਮਸਾਂ ਹੀ 11-12 ਕੁਸ਼ਚਨ ਹੈ ਜਿਹੜੇ ਮਿਲਦੇ ਆ। ਹੁਣ ਇਸੇ ਕੁਸ਼ਚਨ ਨੂੰ ਉਹ ਉਮਰ ਬਦਲ ਕੇ ਆਪਸ਼ਨ ਥੋੜ੍ਹੀਆਂ ਜਾਂ ਚੇਂਜ ਕਰਕੇ ਦੇ ਸਕਦੇ ਆ। ਤੁਸੀਂ ਕੁਸ਼ਚਨ ਦੀ ਜਿਹੜੀ ਲੈਂਗੁਏਜ ਹੈ ਉਹਨੂੰ ਸਮਝਣਾ ਹੈ, ਜਿਵੇਂ ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ ਕਿ ਇਹ ਨਹੀਂ ਹੈਗਾ ਵੀ ਇਹ ਆਪਸ਼ਨ ਮੈਡਮ ਨੇ ਕਹਿਤਾ ਤਾਂ ਇਹ ਠੀਕ ਹੈ, ਮੈਡਮ ਨੇ ਇਹ ਕਿਉਂ ਲਾਇਆ, ਇਸ ਚੀਜ਼ ਤੇ ਆਪਾਂ ਬਹੁਤ ਜ਼ਿਆਦਾ ਜਿਹੜਾ ਹੈਗਾ ਫੋਕਸ ਕਰਨਾ। ਕਲੀਅਰ? ਅੱਗੇ ਚੱਲੀਏ। ਹਾਂਜੀ, ਨੈਕਸਟ ਕੁਸ਼ਚਨ ਦਾ ਆਂਸਰ ਦਿਓ।
ਹਾਂਜੀ, ਇਸ ਕੁਐਸਚਨ ਦਾ ਆਂਸਰ ਦੱਸੋ। ਬਿਲਕੁਲ ਜੀ, ਵਿਚ ਵਨ ਆਫ ਦੀ ਫੋਲਿੰਗ ਇਜ਼ ਦਾ ਫਸਟ ਸੋਰਸ ਫੋਰ ਦਾ ਸੋਸ਼ਲਾਈਜੇਸ਼ਨ ਆਫ ਚਾਈਲਡ। ਜਦੋਂ ਆਪਾਂ ਇੱਕ ਬੱਚੇ ਦਾ ਜਿਹੜੇ ਸੋਸ਼ਲਾਈਜੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿ ਬੱਚੇ ਨੂੰ ਇੱਕ ਸਮਾਜ ਮਿਲਦਾ, ਬੱਚਾ ਸਮਾਜੀਕਰਨ ਵੱਲ ਵੱਧਦਾ ਹੈ, ਤਾਂ ਉਹਦਾ ਜਿਹੜਾ ਸਭ ਤੋਂ ਪਹਿਲਾ ਸੋਰਸ ਹੈ ਉਹ ਕੀ ਹੁੰਦਾ, ਕਿੱਥੋਂ ਉਹ ਸਿੱਖਦਾ ਹੈ? ਫੈਮਿਲੀ ਤੋਂ ਸਿੱਖਦਾ, ਸਕੂਲ ਤੋਂ ਸਿੱਖਦਾ, ਪੀਅਰ ਗਰੁੱਪ ਤੋਂ ਸਿੱਖਦਾ, ਟੈਂਪਲ ਤੋਂ ਸਿੱਖਦਾ? ਬਿਲਕੁਲ ਜੀ, ਫੈਮਿਲੀ ਤੋਂ ਸਿੱਖਦਾ, ਕਿਉਂਕਿ ਸਭ ਤੋਂ ਪਹਿਲਾਂ ਬੱਚਾ ਆਪਣੇ ਫੈਮਿਲੀ ਮੈਂਬਰਸ ਦੇ ਜਿਹੜਾ ਹੈਗਾ ਮਤਲਬ ਸੰਪਰਕ ਵਿੱਚ ਆਉਂਦਾ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਜਦੋਂ ਬੱਚਾ 0 ਤੋਂ ਲੈ ਕੇ 3 ਮਹੀਨਿਆਂ ਦਾ ਹੁੰਦਾ ਨਾ, ਉਹਦੇ ਦਿਮਾਗ 'ਚ ਕੁਛ ਨਹੀਂ ਹੁੰਦਾ, ਉਹ ਕਿਸੇ ਨੂੰ ਨਹੀਂ ਪਛਾਣਦਾ। 3 ਮਹੀਨੇ ਤੋਂ ਬਾਅਦ ਹੀ ਉਹ ਆਪਣੀ ਮਦਰ ਨੂੰ ਪਛਾਣਨ ਲੱਗਦਾ ਹੈ, ਫਿਰ ਉਹਦੇ ਫਾਦਰ, ਬ੍ਰਦਰ, ਸਿਸਟਰ, ਜਿੰਨਾ ਵੀ ਕੁਛ ਫੈਮਿਲੀ ਮੈਂਬਰਸ ਹੁੰਦੇ ਆ, ਫਿਰ ਉਹਨਾਂ ਦੀ ਵਾਰੀ ਆਉਂਦੀ ਹੈ। ਪਹਿਲਾਂ 3 ਮਹੀਨੇ ਉਹ ਕਿਸੇ ਨੂੰ ਨਹੀਂ ਪਛਾਣਦਾ, ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਮੇਰੇ ਵੱਲ ਵੇਖਦਾ ਹੈ, ਮੇਰੇ ਵੱਲ ਵੇਖਦਾ। ਪਹਿਲੇ 3 ਮਹੀਨੇ ਬੱਚਾ ਕਿਸੇ ਨੂੰ ਨਹੀਂ ਪਛਾਣਦਾ, 3 ਮਹੀਨੇ ਬਾਅਦ ਹੀ ਉਹਨੂੰ ਆਪਣੇ ਮਦਰ ਦੀ ਪਛਾਣ ਆਉਣ ਲੱਗਦੀ ਹੈ। ਠੀਕ ਹੈ, ਕਲੀਅਰ? 0 ਤੋਂ 3 ਮਹੀਨਿਆਂ ਦੇ ਕਰੋ ਕਿਸੇ ਨੂੰ ਨਹੀਂ ਪਛਾਣਦਾ, ਮਤਲਬ ਮੇਰਾ ਇਹ ਗੱਲ ਦੱਸਣ ਦਾ ਇੱਥੇ ਇਹ ਹੈ ਕਿ ਬੱਚਾ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਦੇ ਕੰਟੈਕਟ ਵਿੱਚ ਆਉਂਦਾ, ਤੇ ਇਸ ਕਰਕੇ ਉਹਦੀ ਜਿਹੜੀ ਸੋਸ਼ਲਾਈਜੇਸ਼ਨ ਹੈ ਉਹ ਸਭ ਤੋਂ ਪਹਿਲਾਂ ਕਿੱਥੋਂ ਸਟਾਰਟ ਹੋਏਗੀ? ਫੈਮਿਲੀ ਤੋਂ ਸਟਾਰਟ ਹੋਏਗੀ। ਹਾਂਜੀ, ਨੈਕਸਟ। ਹਾਂਜੀ, ਨੈਕਸਟ। ਵਿਚ ਨੇਚਰ ਆਫ ਕਲਾਸਰੂਮ ਵਿਲ ਯੂ ਹੈਵ ਟੂ ਇਨਕਰੀਜ਼ ਇਨ ਦਾ ਪ੍ਰੋਸੈਸ ਆਫ ਸੋਸ਼ਲਾਈਜੇਸ਼ਨ? ਜਦੋਂ ਆਪਾਂ ਸੋਸ਼ਲਾਈਜੇਸ਼ਨ ਦੀ ਪ੍ਰੋਸੈਸ ਨੂੰ ਇਨਕਰੀਜ਼ ਕਰਨਾ ਹੈ, ਆਪਾਂ ਬੱਚਿਆਂ ਨੂੰ ਇੱਕ ਚੰਗੇ ਸਮਾਜ ਦੇ ਜਿਹੜੇ ਹੈਗੇ ਗਿਆ, ਮਤਲਬ ਚੰਗਾ ਇੱਕ ਆਪਾਂ ਸਮਾਜ ਦੇ ਵਿੱਚ ਰਹਿਣ ਵਾਲਾ ਨਾਗਰਿਕ ਬਣਾਉਣਾ ਹੈ, ਤਾਂ ਆਪਾਂ ਨੂੰ ਬੱਚਿਆਂ ਨੂੰ ਸਭ ਤੋਂ ਪਹਿਲਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਘਰੋਂ, ਤੇ ਉਸ ਤੋਂ ਬਾਅਦ ਉਹਨੂੰ ਸਕੂਲੋਂ ਸਿੱਖਣ ਨੂੰ ਮਿਲਦੀਆਂ ਕਿ ਆਪਣੇ ਕਲਾਸਰੂਮ ਦਾ ਜਿਹੜਾ ਇਨਵਾਇਰਨਮੈਂਟ ਹੈ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ। ਠੀਕ ਹੈ, ਕਲਾਸਰੂਮ ਇਨਵਾਇਰਨਮੈਂਟ ਕਿੱਦਾਂ ਦਾ ਹੋਣਾ ਚਾਹੀਦਾ ਹੈ? ਸਟ੍ਰਿਕਟ ਹੋਣਾ ਚਾਹੀਦਾ ਹੈ, ਸਖਤ ਹੋਣਾ ਚਾਹੀਦਾ ਹੈ? ਬਿਲਕੁਲ ਨਹੀਂ। ਉਸ ਤੋਂ ਬਾਅਦ ਉਹਨੇ ਕਿਹਾ ਪਿਆਰ ਅਤੇ ਹਮਦਰਦੀ ਕਰਨ ਵਾਲਾ, ਜਾਂ ਫਿਰ ਨੋਰਮਲ, ਜਾਂ ਫਿਰ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ। ਸਾਰਿਆਂ ਨੇ ਸਹੀ ਆਂਸਰ ਦਿੱਤਾ, ਆਲਮੋਸਟ ਲਵਿੰਗ ਐਂਡ ਸਿੰਪੈਥਿਕ। ਅਗਰ ਟੀਚਰ ਬੱਚਿਆਂ ਨਾਲ ਵਧੀਆ ਪਿਆਰ ਨਾਲ ਪੇਸ਼ ਆਏਗਾ, ਬੱਚਿਆਂ ਨਾਲ ਹਮਦਰਦੀ ਰੱਖੇਗਾ, ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸੁਨੇਗਾ, ਤਾਂ ਬੱਚਿਆਂ ਵਿੱਚ ਵੀ ਉਹ ਜਿਹੜੀ ਵੈਲਿਊਜ਼ ਹੈਗੀਆਂ ਉਹ ਇਨਕਲਕੇਟ ਹੋਣਗੀਆਂ। ਅਗਰ ਟੀਚਰ ਅੱਕ ਅੱਕ ਕੇ ਬੋਲੂਗਾ ਤਾਂ ਬੱਚੇ ਵੀ ਅੱਕ ਅੱਕ ਕੇ ਇੱਕ ਦੂਸਰੇ ਨੂੰ ਬੋਲਣਗੇ। ਟੀਚਰ ਅਗਰ ਬੈਡ ਵਰਡਿੰਗ ਯੂਜ਼ ਕਰੇਗਾ ਤਾਂ ਬੱਚੇ ਵੀ ਉਦਾਂ ਦੀ ਵਰਡਿੰਗ ਯੂਜ਼ ਕਰਨਗੇ। ਅਗਰ ਟੀਚਰ ਗੁੱਡ ਮਤਲਬ ਆਪਣਾ ਬਿਹੇਵੀਅਰ ਸ਼ੋਅ ਕਰੇਗਾ ਤਾਂ ਬੱਚੇ, ਛੋਟੇ ਬੱਚੇ ਤਾਂ ਸਪੈਸ਼ਲੀ, ਜਿਵੇਂ ਆਪਾਂ ਹੀ ਸਾਰੇ ਛੋਟੇ ਹੁੰਦੇ, ਹੋ ਸਕਦਾ ਕਿਸੇ ਨੂੰ ਟੀਚਰ ਬਣਨ ਦਾ ਸ਼ੌਂਕ ਹੋਵੇ, ਆਪਾਂ ਘਰੇ ਆ ਕੇ ਆਪਣੇ ਟੀਚਰ ਨੂੰ ਕਾਪੀ ਕਰਦੇ ਸੀ, ਜਿਵੇਂ ਆਪਾਂ ਆਪਣੀਆਂ ਕਾਪੀਜ਼ ਖੁਦ ਚੈੱਕ ਕਰਦੇ ਸੀ ਕਿ ਟੀਚਰ ਸਾਡੀਆਂ ਕਾਪੀਜ਼ ਐਂ ਚੈੱਕ ਕਰਦਾ ਹੈ। ਆਪਾਂ ਹਮੇਸ਼ਾ ਦੇਖਦੇ ਹੁੰਦੇ ਸੀ ਵੀ ਇਹ ਮੈਡਮ ਮਾਰਦੀ ਹੈ, ਤਾਂ ਆਪਾਂ ਘਰੇ ਆ ਕੇ ਇੱਕ ਦੂਸਰੇ ਨਾਲ ਉਦਾਂ ਦਾ ਬਿਹੇਵੀਅਰ ਕਰਦੇ ਸੀ। ਇੱਕ ਮੈਡਮ ਹੁੰਦੇ ਸੀ ਪਿਆਰ ਕਰਦੇ ਸੀ ਸਾਰਿਆਂ ਨੂੰ, ਤੇ ਉਹ ਟੀਚਰ ਆ ਜਿਹੜਾ ਉਹ ਸਾਰਿਆਂ ਨੂੰ ਪਸੰਦ ਵੀ ਹੁੰਦਾ ਹੈ। ਠੀਕ ਹੈ, ਇਸ ਕਰਕੇ ਆਪਣੀ ਕਲਾਸ ਦਾ ਜਿਹੜਾ ਇਨਵਾਇਰਨਮੈਂਟ ਆ ਉਹ ਕੀ ਹੋਣਾ ਚਾਹੀਦਾ? ਲਵਿੰਗ ਐਂਡ ਸਿੰਪੈਥਿਕ ਹੋਣਾ ਚਾਹੀਦਾ। ਹਾਂਜੀ, ਡਾਊਟ ਕਲੀਅਰ ਹੋਏ ਸਾਰੇ? ਅੱਗੇ ਚੱਲੀਏ ਕੁਐਸਚਨ ਦੇ ਵਿੱਚ, ਕੋਈ ਡਾਊਟ ਤਾਂ ਨਹੀਂ? ਕਿਸੇ ਕੁਐਸਚਨ 'ਚ ਕੋਈ ਡਾਊਟ ਤਾਂ ਨਹੀਂ?
नेक्स्ट क्वेश्चन आंसर दो, इन विच ऑफ द फॉलोइंग स्टेजेस डू चिल्ड्रन बिकम एक्टिव मेंबर ऑफ देयर पीयर ग्रुप। बच्चे है जिहड़े ਕਿਹੜੇ ਸਟੇਜ ਦੇ ਵਿੱਚ ਆਪਣੇ ਦੋਸਤ ਮਿੱਤਰਾਂ ਦੇ ਜਿਹੜੇ ਹੈਗੇ ਗੇ ਸਰਗਰਮ ਜਿਹੜੇ ਹੈਗੇ ਗੇ ਗਰੁੱਪ ਦੇ ਮੈਂਬਰ ਬਣਦੇ ਆ। ਐਡੋਲੈਸੈਂਸ, ਅਲੜ ਉਮਰ ਦੇ ਵਿੱਚ, ਐਡਲਟਹੁੱਡ ਦੇ ਵਿੱਚ, ਅਰਲੀ ਚਾਈਲਡਹੁੱਡ ਜਾਂ ਚਾਈਲਡਹੁੱਡ। ਤੁਸੀਂ ਦੇਖਿਆ ਹੋਣਾ ਛੋਟੇ ਛੋਟੇ ਬੱਚੇ ਹੁੰਦੇ ਆ, ਹਨਾ, ਸੈਕਿੰਡ ਥਰਡ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਆ, ਉਹ ਗੈਂਗ ਬਣਾ ਲੈਂਦੇ ਆ, ਉਹ ਗੈਂਗ ਬਣਾ ਕੇ ਆਪਦਾ ਜਿਹੜਾ ਕੰਮ ਕਰਦੇ ਆ। ਫਿਰ ਹੌਲੀ ਹੌਲੀ ਉਹਨਾਂ ਦੇ ਉਹ ਗੈਂਗ ਆ ਜਿਹੜੇ, ਉਹ ਜਦੋਂ ਨਾਈਨਥ ਮਤਲਬ ਵੱਡੇ ਹੁੰਦੇ ਆ ਟੁੱਟਣ ਲੱਗ ਜਾਂਦੇ ਆ, ਫਿਰ ਉਹ ਨਾਈਨਥ ਟੈਂਥ ਦੇ ਵਿੱਚ ਉਹਨਾਂ ਦੇ ਗੈਂਗ ਆ ਜਿਹੜੇ ਉਹ ਜ਼ਿਆਦਾ ਬਣਨ ਲੱਗ ਜਾਂਦੇ ਆ। ਇਸ ਲਈ ਆਹ ਦੋ ਤਾਂ ਇਹਦੇ ਆਂਸਰ ਨਹੀਂ ਹੋਣਗੇ, ਠੀਕ ਹੈ। ਐਡੋਲੈਸੈਂਸ ਨਹੀਂ ਰਾਜੇ, ਉਹਨੇ ਕਿਹਾ ਹੈਗਾ ਵਾ ਵੀ ਜਦੋਂ ਉਹ ਐਕਟਿਵ ਮੈਂਬਰਸ ਹੁੰਦੇ ਹੈਗੇ ਗਿਆ, ਉਹਨਾਂ ਦੀ ਗੈਂਗਸ਼ਿਪ ਹੈ ਜਿਹੜੀ ਉਹ ਸਟਾਰਟ ਹੀ ਹੋਈ ਹੁੰਦੀ ਹੈ ਹਜੇ, ਠੀਕ ਹੈ। ਪੀਅਰ ਗਰੁੱਪ ਦੇ ਜਿਹੜੇ ਸਰਗਰਮ ਮੈਂਬਰ ਬਣਦੇ ਹੈਗੇ ਗਿਆ ਇਹਦੇ, ਹਾਂਜੀ ਐਡੋਲੈਸੈਂਸ ਤੁਸੀਂ ਦੇ ਸਕਦੇ ਹੋ ਆਂਸਰ, ਬਟ ਇੱਥੇ ਆਪਾਂ ਗੱਲ ਕਰਨੀ ਆ ਕਿ ਉਹਨਾਂ ਦੀ ਜਿਹੜੀ ਜਿਹੜੀ ਉਹ ਚੀਜ਼ ਹੈ ਨਾ, ਹਜੇ ਉਹ ਸਟਾਰਟ ਹੀ ਹੋਈ ਹੈ। ਨਿੱਕੇ ਨਿੱਕੇ ਬੱਚੇ ਹੁੰਦੇ ਆ ਤੇ ਬਾਹਾਂ ਜਿਹੜੀਆਂ ਸ਼ਰਟਾਂ ਦੀਆਂ ਫੋਲਡ ਕਰਕੇ ਸਕੂਲਾਂ 'ਚ ਜਾਂਦੇ ਆ, ਹਨਾ, ਬੜੇ ਫੈਸ਼ਨ ਨੂੰ ਫੋਲੋ ਕਰਦੇ ਆ, ਤਾਂ ਕੀ ਆਂਸਰ ਆਏਗਾ ਇਹਦਾ? ਅਰਲੀ ਚਾਈਲਡਹੁੱਡ, ਬਿਲਕੁਲ ਸਹੀ ਆਂਸਰ ਹੈ ਇਹਦਾ। ਅਰਲੀ ਚਾਈਲਡਹੁੱਡ ਜਦੋਂ ਆਪਣੇ ਬਚਪਨ ਦੀ ਜਿਹੜੀ ਹੈਗੀ ਕਿ ਸ਼ੁਰੂਆਤੀ ਬਚਪਨ ਹੁੰਦਾ ਆਪਣਾ, ਉਹ ਵੱਡਿਆਂ ਨੂੰ ਫੋਲੋ ਕਰਦੇ ਆ ਕਿ ਜੇ ਨਾਈਨਥ ਟੈਂਥ ਦੇ ਬੱਚੇ ਆ ਕਰਦੇ ਆ ਤਾਂ ਉਹਨਾਂ ਨੂੰ ਫੋਲੋ ਕਰਦੇ ਆ, ਠੀਕ ਹੈ। ਤੁਸੀਂ ਦੇਖਿਆ ਹੀ ਹੋਣਾ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪ੍ਰਾਈਵੇਟ ਜੌਬ ਵਗੈਰਾ ਕਰਦੇ ਆ ਜਾਂ ਫਿਰ ਕੁਝ ਵੀ ਕਰਦੇ ਹੈਗੇ ਗਿਆ, ਤੁਸੀਂ ਦੇਖਿਆ ਹੀ ਹੋਣਾ ਸਾਰਿਆਂ ਨੇ। ਕਲੀਅਰ? ਇਨ ਦਾ ਕੰਟੈਕਸਟ ਆਫ ਐਜੂਕੇਸ਼ਨ, ਸੋਸ਼ਲਾਈਜੇਸ਼ਨ ਦਾ ਕੀ ਮਤਲਬ ਹੈ, ਸਿੱਖਿਆ ਦੇ ਸੰਦਰਭ ਦੇ ਵਿੱਚ ਸਮਾਜੀਕਰਨ ਦਾ ਕੀ ਮਤਲਬ ਹੈ? ਆਲਵੇਜ਼ ਫੋਲੋਇੰਗ ਦਾ ਸੋਸ਼ਲ ਨੋਰਮ, ਹਮੇਸ਼ਾ ਸਮਾਜਿਕ ਨਿਯਮਾਂ ਦੀ ਪਾਲਣਾ ਕਰਨਾ, ਆਪਣੇ ਸਮਾਜਿਕ ਨਿਯਮਾਂ ਨੂੰ ਬਣਾਉਣਾ, ਰਿਸਪੈਕਟਿੰਗ ਐਲਡਰਸ ਇਨ ਦਾ ਸੋਸਾਇਟੀ, ਜਾਂ ਫਿਰ ਅਡੈਪਟਿੰਗ ਐਂਡ ਐਡਜਸਟਿੰਗ ਟੂ ਦੀ ਸੋਸ਼ਲ ਇਨਵਾਇਰਨਮੈਂਟ, ਜਿਹੜਾ ਸਮਾਜਿਕ ਵਾਤਾਵਰਣ ਆ ਉਹਨੂੰ ਅਨੁਕੂਲ ਬਣਾਉਣਾ। ਬਿਲਕੁਲ ਜੀ, ਡੀ ਆਂਸਰ, ਅਡੈਪਟਿੰਗ ਐਂਡ ਐਡਜਸਟਿੰਗ ਟੂ ਦਾ ਸੋਸ਼ਲ ਇਨਵਾਇਰਨਮੈਂਟ। ਆਪਾਂ ਸਮਾਜ ਨੂੰ ਚੇਂਜ ਨਹੀਂ ਕਰ ਸਕਦੇ, ਬਟ ਅਗਰ ਆਪਾਂ ਨੂੰ ਸਮਾਜ 'ਚ ਕੋਈ ਗੱਲ ਬੁਰੀ ਲੱਗਦੀ ਆ ਤਾਂ ਆਪਾਂ ਨੂੰ ਆਪਣੇ ਵਿੱਚ ਉਸ ਅਕੋਰਡਿੰਗ ਚੇਂਜ ਕਰ ਲੈਣੀ ਚਾਹੀਦੀ ਆ। ਤਾਂ ਉਹੀ ਹੈ ਕਿ ਆਪਾਂ ਸਮਾਜ ਨੂੰ ਵੀ ਅਪਣਾ ਲਈਏ ਤੇ ਆਪਣੀਆਂ ਜਿਹੜਾ ਮਨ ਹੈ ਉਹਨੂੰ ਵੀ ਨਾ ਮਰਨ ਦਈਏ, ਉਸ ਚੀਜ਼ ਦੇ ਵਿੱਚ ਹੀ ਆਪਣੀ ਜਿਹੜੀ ਸਹੀ ਕੀ ਹੈ ਸੋਸ਼ਲਾਈਜੇਸ਼ਨ ਹੁੰਦੀ ਹੈ, ਠੀਕ ਹੈ। ਜਿਵੇਂ ਹੁਣ ਦੇਖੋ ਤੁਸੀਂ, ਕਈ ਲੋਕ ਹੈ ਜਿਹੜੇ ਉਹ ਸਮਾਜ ਨੂੰ ਚੇਂਜ ਕਰਨ ਦੀਆਂ ਗੱਲਾਂ ਕਰਦੇ ਆ, ਬਹੁਤ ਮੁਸ਼ਕਿਲ ਹੈ ਰਾਜੇ। ਜਿਹੜੀਆਂ ਚੀਜ਼ਾਂ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਜਿਹੜੇ ਬਜ਼ੁਰਗ ਹੁੰਦੇ ਆ, ਆਪਾਂ ਉਹਨਾਂ ਦੇ, ਉਹ ਆਪਣੇ ਘਰਾਂ ਦੇ ਵਿੱਚ ਦੋ ਜਾਂ ਤਿੰਨ ਮੈਂਬਰ ਹੁੰਦੇ ਆ ਜਿਹੜੇ ਵੱਡੇ ਹੁੰਦੇ ਆ, ਆਪਣੇ ਲਈ ਉਹਨਾਂ ਦੀ ਸੋਚ ਨੂੰ ਚੇਂਜ ਕਰਨਾ ਹੀ ਕਈ ਵਾਰੀ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ। ਆਪਾਂ ਇੰਨੇ ਵੱਡੇ ਵੱਡੇ ਜਿਹੜੇ ਹੈਗੇ ਗਿਆ ਸਮਾਜ ਦੇ ਵਿੱਚ ਲੋਕ ਬੈਠੇ ਆ, ਇੰਨੀ ਜ਼ਿਆਦਾ ਦੁਨੀਆ ਬੈਠੀ ਆ, ਆਪਾਂ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ। ਸਮਾਜੀਕਰਨ ਦਾ ਮਤਲਬ ਇਹ ਹੈ ਕਿ ਬੱਚਿਆਂ ਨੂੰ ਸਮਾਜ ਦੇ ਰੂਲ ਸਿਖਾਓ, ਰੂਲ ਤੋੜਨਾ ਨਾ ਸਿਖਾਓ, ਉਹਨਾਂ ਨੂੰ ਸਿਖਾਓ ਕਿ ਆਪਾਂ ਜਿਵੇਂ ਕਹਿੰਦੇ ਆ ਕਿ ਸਹੀ ਤਰੀਕੇ ਨਾਲ ਵੀ ਅਗਰ ਸਮਾਜ ਦੇ ਵਿੱਚ ਰਹਿੰਦੇ ਹਾਂ ਤਾਂ ਆਪਾਂ ਨੂੰ ਲੱਗਦਾ ਹੈ ਕਿ ਦੁਨੀਆ ਬਹੁਤ ਸੋਹਣੀ ਆ, ਠੀਕ ਹੈ। ਨੈਕਸਟ ਹੈ ਸੋਸ਼ਲਾਈਜੇਸ਼ਨ ਇਜ਼, ਸੋਸ਼ਲਾਈਜੇਸ਼ਨ ਜਾਂ ਸਮਾਜੀਕਰਨ ਇਹਦਾ ਮਤਲਬ ਕੀ ਹੈ? ਹਾਂਜੀ ਦੱਸੋ, ਸੋਸ਼ਲਾਈਜੇਸ਼ਨ ਦਾ ਮਤਲਬ ਕੀ ਹੈ?
ਚੇਂਜ ਇਨ ਸੋਸ਼ਲ ਨੋਰਮ, ਸਮਾਜਿਕ ਨਿਯਮਾਂ ਵਿੱਚ ਤਬਦੀਲੀ, ਇਹ ਆਪਾਂ ਕਦੀ ਨਹੀਂ ਕਰ ਸਕਦੇ, ਇਹਦਾ ਵਿਚਾਰ ਵੀ ਨਹੀਂ ਲੈ ਕੇ ਆਉਣਾ। ਠੀਕ ਹੈ, ਰੈਪਿਡ ਬਿਟਵੀਨ ਟੀਚਰ ਐਂਡ ਟੌਟ, ਬਿਲਕੁਲ ਨਹੀਂ। ਪ੍ਰੋਸੈਸ ਆਫ ਮਾਡਰਨਾਈਜੇਸ਼ਨ ਆਫ ਸੋਸਾਇਟੀ, ਨੋ। ਅਡੈਪਟਿੰਗ ਟੂ ਦੀ ਸੋਸ਼ਲ ਨੋਰਮ, ਸਮਾਜ ਦੇ ਨਿਯਮਾਂ ਨੂੰ ਅਡੈਪਟ ਕਰਨਾ, ਠੀਕ ਹੈ, ਉਹਨਾਂ ਨੂੰ ਅਪਣਾ ਲੈਣਾ, ਜਿਵੇਂ ਉਹ ਚੀਜ਼ਾਂ ਆਪਾਂ ਨੂੰ ਮਿਲ ਰਹੀਆਂ ਆਪਾਂ ਉਹਨਾਂ ਨੂੰ ਅਪਣਾ ਲੈਣਾ, ਬਟ ਜੋ ਗਲਤ ਮਿਲ ਰਿਹਾ ਉਹਨੂੰ ਨਹੀਂ ਅਪਣਾਉਣਾ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਪੈਸਿਵ ਏਜੰਸੀ ਆਫ ਸੋਸ਼ਲਾਈਜੇਸ਼ਨ? ਹੇਠਾਂ ਦਿੱਤਿਆਂ ਵਿੱਚੋਂ ਸਮਾਜੀਕਰਨ ਦੀ ਜਿਹੜੀ ਪੈਸਿਵ ਏਜੰਸੀ ਕੀ ਹੈ? ਪੈਸਿਵ ਏਜੰਸੀ ਮਤਲਬ ਕਿ ਸਭ ਤੋਂ ਜ਼ਿਆਦਾ ਜਿਹੜੀ ਆਪਣੀ ਹੈਲਪ ਕਰਦੀ ਹੈ ਸਮਾਜੀਕਰਨ ਦੇ ਵਿੱਚ ਕਿਹੜੀ ਚੀਜ਼ ਹੈ? ਸਾਰੇ ਬੱਚੇ ਆਂਸਰ ਨਹੀਂ ਦੇ ਰਹੇ ਹੈਗੇ, ਜਿੰਨੇ ਬੱਚੇ ਕਲਾਸ ਦੇ ਵਿੱਚ ਬੈਠੇ ਆ ਸਾਰੇ ਬੱਚੇ ਆਂਸਰ ਨਹੀਂ ਦਿੰਦੇ। ਨੋ ਅਲੀਸ਼ਾ, ਹਰ ਇੱਕ ਬੰਦਾ ਲਾਇਬ੍ਰੇਰੀ ਨਹੀਂ ਜਾਂਦਾ, ਸਭ ਨੂੰ ਪੜ੍ਹਨ ਦਾ ਸ਼ੌਂਕ ਨਹੀਂ ਹੁੰਦਾ। ਮੰਨਿਆ ਕਿ ਲਾਇਬ੍ਰੇਰੀ ਜਾਣਾ ਚੰਗੀ ਗੱਲ ਆ, ਬਟ ਸਾਰਿਆਂ ਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਨਹੀਂ ਹੁੰਦਾ, ਨਾਲੇ ਆਪਣੇ ਕੰਟਰੀਜ਼ ਦੇ ਵਿੱਚ ਤਾਂ ਪਬਲਿਕ ਲਾਇਬ੍ਰੇਰੀਜ਼ ਇੰਨੀਆਂ ਉਹ ਹੈ ਹੀ ਨਹੀਂ ਗੀਆਂ। ਫੈਮਿਲੀ ਹੀ ਇਹਦਾ ਸਹੀ ਆਂਸਰ ਹੈ ਬੱਚੇ, ਸਭ ਤੋਂ ਚੀਜ਼ਾਂ ਜਿਹੜੀਆਂ ਜ਼ਿਆਦਾ ਆਪਾਂ ਆਪਣੇ ਪਰਿਵਾਰ ਚੋਂ ਸਿੱਖਦੇ ਹਾਂ। ਨੈਕਸਟ, ਫੈਮਿਲੀ ਪਲੇ ਡੈਸ਼ ਰੋਲ ਇਨ ਸੋਸ਼ਲਾਈਜੇਸ਼ਨ ਆਫ ਚਾਈਲਡ। ਤੁੱਕੇ ਨਾ ਲਾਇਆ ਕਰੋ ਪੇਪਰ ਦੇ ਵਿੱਚ, ਜਦੋਂ ਤੁਸੀਂ OMR ਸ਼ੀਟ ਫਿਲ ਕਰਨੀ ਹੈ ਨਾ, ਮੰਨ ਲਓ 16 ਨਾ ਕੁਸ਼ਚਨ ਹੈ ABCD, ਚਾਰ ਗੋਲਿਆਂ ਵਿੱਚੋਂ ਅਗਰ ਤੁਸੀਂ ਇੱਕ 'ਚ ਇੰਨਾ ਕਰਕੇ ਇੰਨਾ ਕੁ ਕਰਕੇ ਅਤੇ ਦੂਜਾ ਪੂਰਾ ਫਿਲ ਕਰਤਾ ਜਾਂ ਉਹਦੇ 'ਤੇ ਕ੍ਰੋਸ ਮਾਰਤਾ, ਉਹ ਕੁਸ਼ਚਨ ਕਾਊਂਟ ਹੀ ਨਹੀਂ ਹੋਊਗਾ। ਠੀਕ ਹੈ, ਉਹ ਕੁਸ਼ਚਨ ਕਾਊਂਟ ਹੀ ਨਹੀਂ ਹੋਏਗਾ। ਬਿਲਕੁਲ ਜੀ, ਪ੍ਰਾਇਮਰੀ ਰੋਲ ਹੈ ਜਿਹੜਾ ਆਪਣੀ ਫੈਮਿਲੀ ਹੈ ਉਹ ਪਲੇ ਕਰਦੀ ਹੈ। ਬਸ ਇੰਨੇ ਕੇ ਕੁਸ਼ਚਨ ਸੀ ਸੋਸ਼ਲਾਈਜੇਸ਼ਨ ਦੇ। ਕੱਲ ਆਪਾਂ ਡਿਜੇਬਲਡ ਚਿਲਡਰਨ ਵਾਲੀਆਂ ਜਿਹੜੀਆਂ ਆਪਾਂ ਚਾਰ ਪ੍ਰੋਬਲਮਸ ਪੜ੍ਹੀਆਂ ਸੀਗੀਆਂ, ਡਾਈਸਲੈਕਸੀਆ, ਡਿਸਕੈਲਕੁਲੀਆ, ਡਿਸਗ੍ਰਾਫੀਆ, ਡਿਜੇਬਲਡ ਚਿਲਡਰਨ ਹੁੰਦੇ ਆ ਜਿਹੜੇ, ਇਨਕਲੂਸਿਵ ਐਜੂਕੇਸ਼ਨ ਦੇ ਬਾਰੇ ਆਪਾਂ ਗੱਲ ਕਰਾਂਗੇ। ਇਨਕਲੂਸਿਵ ਐਜੂਕੇਸ਼ਨ ਦੇ ਨਾਲ ਰਿਲੇਟਡ ਆਪਾਂ ਕੁਸ਼ਚਨ ਡਿਸਕਸ ਕਰਾਂਗੇ, ਕਾਫੀ ਸਾਰੇ ਕੁਸ਼ਚਨ ਹੋਣਗੇ, ਉਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜੇ ਹੈਗੇ ਆਪਾਂ ਨੂੰ ਮਤਲਬ ਪੇਪਰ ਦੇ ਵਿੱਚ ਕੁਸ਼ਚਨ ਦੇਖਣ ਨੂੰ ਮਿਲਣਗੇ। ਠੀਕ ਹੈ, ਡਿਜੇਬਲਡ ਚਿਲਡਰਨ ਮਤਲਬ ਚਾਰ ਪੰਜ ਟੌਪਿਕ ਹੈਗੇ ਆ। ਤੁਸੀਂ ਡਿਸਾਈਡ ਕਰਨਾ ਰਾਜੇ, ਪੇਪਰ ਜ਼ਰੂਰੀ ਹੈ ਕਿ ਕੀ ਜ਼ਰੂਰੀ ਹੈ। ਯੂ ਹੈਵ ਟੂ ਡਿਸਾਈਡ ਕੱਲ ਰਾਜੇ, ਸਾਰੇ ਬੱਚੇ ਉਹ ਟੌਪਿਕ ਪੜ੍ਹ ਕੇ ਬੈਠਣਾ, ਡਿਸਕੈਲਕੁਲੀਆ, ਡਿਸਗ੍ਰਾਫੀਆ, ਡਿਜੇਬਲਡ ਚਿਲਡਰਨ, ਇਨਕਲੂਸਿਵ ਐਜੂਕੇਸ਼ਨ, ਸਾਰਾ ਕੁਝ ਪੜ੍ਹ ਕੇ ਬੈਠਣਾ। ਮਤਲਬ ਮਿਕਸ ਕੁਸ਼ਚਨ ਹੋਣਗੇ ਉਸ ਟੌਪਿਕ ਦੇ, ਤੁਹਾਨੂੰ ਪੇਪਰ ਦੇ ਵਿੱਚ ਕਾਫੀ ਕੁਸ਼ਚਨ ਦੇਖਣ ਨੂੰ ਮਿਲਣਗੇ। ਠੀਕ ਹੈ, ਤਾਂ ਆਪਾਂ ਕੱਲ੍ਹ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਨਾਲ 7:15 ਵਜੇ। ਰਾਈਟ, ਥੈਂਕ ਯੂ ਬੱਚੇ।